ਕਦੇ ਦਿਹਾੜੀ ਲਗਾਉਣਾ ਤੇ ਕਦੇ ਕੱਪੜਿਆਂ ਅਤੇ ਚਿਹਰੇ ਨੂੰ ਸੁਨਹਿਰੀ ਰੰਗ ਲਗਾ ਕੇ ਬੁੱਤ ਬਣ ਕੇ ਚੌਕ ਵਿੱਚ ਖੜਨਾ। ਇਹ ਇੱਕੋ ਬੰਦੇ ਦੀ ਜ਼ਿੰਦਗੀ ਦੇ ਦੋ ਪਹਿਲੂ ਹਨ। ਇਹ ਹਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦਿਉਣ ਦੇ ਰਹਿਣ ਵਾਲੇ ਗੋਬਿੰਦ ਸਿੰਘ। ਗੋਬਿੰਦ ਇਹ ਦੋਵੇਂ ਕੰਮ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਰਦੇ ਹਨ। ਮੈਨੂੰ 2-2.5 ਸਾਲ ਹੋ ਗਏ ਜੀ ਇੱਧਰ ਆਏ ਨੂੰ ਜੀ ਕੰਮ ਕਰਦੇ ਜੀ। ਵਧੀਆ ਵੀ ਲੱਗਦਾ ਲੋਕਾਂ ਨੂੰ ਜੀ ਅਤੇ ਕੁਛ ਮਾੜਾ ਵੀ ਖੋਲ ਕੇ ਲੰਘ ਜਾਂਦੇ ਆ ਜੀ। ਦੀਵਾਲੀ ਵਾਲੇ ਦਿਨ ਜੀ ਮਜ਼ਬੂਰੀ ਬਣ ਗਈ ਥੋੜ੍ਹੇ ਜਿਹੇ, ਮੇਰੇ ਕੋਲ ਪੈਸੇ ਹੈ ਨਹੀਂ ਸੀ ਜਿਹਦੇ ਨਾਲ ਮੈਂ ਕੰਮ ਕਰਦਾ ਸੀਗਾ। ਉਹ ਬੰਦੇ ਨੇ ਪੈਸੇ ਮੈਨੂੰ ਦਿੱਤੇ ਨਹੀਂ ਸੀਗੇ ਜੀ, ਥੋੜ੍ਹੇ ਦਿੱਤੇ ਸੀਗੇ ਜਿਹਦੇ ਵਿੱਚ ਘਰ ਦਾ ਖਰਚਾ ਵੀ ਚਲਾਉਣਾ ਸੀਗਾ ਜੀ, ਮੇਰੀ ਸਿਸਟਰ ਮੈਰਿਡ ਉਹਦੇ ਕੋਲ ਵੀ ਜਾਣਾ ਸੀਗਾ ਜੀ। ਕਾਫੀ ਮਜ਼ਬੂਰੀਆਂ ਬਣ ਗਈਆਂ ਜਿਹੜੇ ਵਿੱਚ ਮੇਰੇ ਕੋਲ 150-200 ਰੁਪਇਆ ਰਹਿ ਗਿਆ ਸੀ ਦੀਵਾਲੀ ਵਾਲੇ ਦਿਨ। ਉੱਥੋਂ ਫਿਰ ਇਹ ਸਾਰੀ ਕਹਾਣੀ ਸਟਾਰਟ ਹੋ ਗਈ ਜੀ। ਸਟਾਰਟ ਹੋਈ ਜੀ ਬਸ 200 ਰੁਪਇਆ ਸੀ ਮੇਰੇ ਕੋਲ, ਉਹਦਾ ਕਲਰ ਕੁਲਰ ਲਿਆਂਦਾ ਜੀ ਆਪਾਂ, ਬਸ ਕਰਤਾ ਲੋਅਰ ਵੇਖ ਲਈ, ਟੀ ਸ਼ਰਟ ਵੇਖ ਲਈ ਅਤੇ ਬੂਟ ਬਾਟ ਜੀ। ਅਤੇ ਬਸ ਮੇਰੇ ਕੋਲ ਕੈਪ ਵੀ ਉਦੋਂ ਆ ਨਹੀਂ ਸੀਗੀ ਕੋਲ ਜੀ, ਉਦੋਂ ਹੋਰ ਕੈਪ ਸੀਗੀ ਜੀ, ਉਹ ਜਵਾਕਾਂ ਦਾ ਕੋਟ ਕੂਟ ਖਰਾਬ ਹੋਇਆ ਸੀ ਉਹਦੇ ਤੋਂ ਲਾਈ ਸੀਗੀ ਜੀ ਮੈਂ, ਬਸ ਉਹਦੇ ਨਾਲ ਕੰਮ ਚਲਾ ਲਿਆ ਜੀ ਆਪਾਂ। 30 ਸਾਲਾ ਗੋਬਿੰਦ ਸਿੰਘ ਦੱਸਦੇ ਹਨ ਕਿ ਉਹਨਾਂ ਨੂੰ ਬੁੱਤ ਬਣਨ ਦਾ ਸ਼ੌਕ ਬਚਪਨ ਤੋਂ ਹੀ ਸੀ, ਪਰ ਪਿਤਾ ਨੂੰ ਸੱਟ ਲੱਗਣ ਕਾਰਨ ਛੋਟੀ ਉਮਰੇ ਹੀ ਘਰ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਆ ਗਈ, ਜਿਸ ਕਾਰਨ ਹੁਣ ਅਜਿਹਾ ਕਰਨਾ ਉਹਨਾਂ ਦੀ ਮਜਬੂਰੀ ਵੀ ਬਣ ਗਿਆ ਹੈ। 300 ਰੁਪਈਏ ਦਿਹਾੜੀ ਨਾਲ ਬਣਦਾ ਕੁਛ ਨਹੀਂ ਸੀ, ਇੱਕ ਛੋਟਾ ਸੀ ਉਦੋਂ ਜਦੋਂ ਇਹਨਾਂ ਦੇ ਡੈਡੀ ਦੇ ਸੱਟ ਲੱਗੀ ਆ, ਉਸ ਤੋਂ ਬਾਅਦ ਮੈਨੂੰ ਵੀ ਆ ਵਾਹ ਦਾ ਰੋਗ ਲੱਗ ਗਿਆ, ਇਸ ਕਰਕੇ ਵਿਚਾਰੇ ਨੂੰ ਫਿਰ ਪਹਿਲਾਂ ਦਿਹਾੜੀ ਕਰਦਾ, ਅੱਧੀ ਦਿਹਾੜੀ ਲਾ ਕੇ ਮਿਸਤਰੀ ਨਾਲ, ਅਤੇ ਫਿਰ ਇਹ ਵਿਚਾਰਾ ਜਾਂਦਾ ਸੀਗਾ ਇਸ ਕੰਮ 'ਤੇ। ਬਸ ਵੀ ਘਰ ਦੇ ਹਾਲਾਤ ਠੀਕ ਠਾਕ ਚੱਲੀ ਜਾਂਦੇ ਆ ਅਤੇ ਗਰੀਬੀ ਕਾਰਨ ਇਹਨਾਂ ਨੇ ਕੰਮ ਕੀਤਾ, ਵੈਸੇ ਉਹਨਾਂ ਦਾ ਸ਼ੌਂਕ ਵੀ ਸੀ ਇਹ। ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ, ਉਹਨਾਂ 'ਚ ਗੱਡੀ ਵੱਜੀ ਸੀਗੀ, ਸਾਈਕਲ 'ਤੇ ਆ ਰਹੇ ਸੀਗੇ ਅਤੇ ਉਹਨਾਂ ਦਾ ਚੂਕਣਾ ਹਿੱਲ ਗਿਆ ਸੀਗਾ ਜੀ, ਮੈਂ ਮੰਜੇ 'ਚ ਬਹਿ ਗਿਆ ਸੀ, ਦਿਹਾੜੀ ਨਾਲ ਵੀ ਗੁਜ਼ਾਰਾ ਨਹੀਂ ਪੂਰਾ ਹੋ ਰਿਹਾ ਸੀ ਸਾਡਾ, ਠੀਕ ਹੈ ਜੀ। ਜਿਸ ਮਜ਼ਬੂਰੀ ਦੇ ਵਿੱਚ ਇਹਨੇ ਨਾਲ ਨਾਲ ਇਹ ਕੰਮ ਵੀ ਵਿੱਢਿਆ ਜੀ ਟੈਟੂ ਵਾਲਾ। ਗੋਬਿੰਦ ਦੀ ਪਤਨੀ ਦਾ ਕਹਿਣਾ ਹੈ ਕਿ ਦੁੱਖ ਵੀ ਹੁੰਦਾ ਹੈ ਕਿ ਪਤੀ ਇਸ ਤਰ੍ਹਾਂ ਧੁੱਪ ਵਿੱਚ ਖੜ੍ਹੇ ਰਹਿੰਦੇ ਹਨ, ਪਰ ਇਸੇ ਨਾਲ ਘਰ ਦੀ ਰੋਜ਼ੀ ਰੋਟੀ ਵੀ ਚੱਲੀ ਜਾ ਰਹੀ ਹੈ। ਇਕੱਲੇ ਜਾਣੇ ਕਮਾਉਣ ਵਾਲੇ ਆ, ਫਿਰ ਘਰ ਵੀ ਖਰਚਾ ਹੁੰਦਾ ਜੀ, ਇਸ ਕਰਕੇ ਦਿਹਾੜੀ ਤੋਂ ਪਹਿਲਾਂ ਦਿਹਾੜੀ ਜਾਂਦੇ ਉਹ, ਫਿਰ ਜਦੋਂ ਟਾਈਮ ਬਚਦਾ ਉਦੋਂ ਸਟਿਚ ਬਣ ਕੇ ਕੰਮ ਕਰਨ ਜਾਂਦੇ। ਹੁਣ ਠੀਕ ਆ ਜੀ, ਚੰਗਾ ਚੱਲੀ ਜਾਂਦਾ ਘਰ ਦਾ ਕਾਰੋਬਾਰ। ਕਾਫੀ ਟਾਈਮ ਤੋਂ ਦੇਖ ਰਹੇ ਹਾਂ ਵੀ ਇੱਥੇ ਹੀ ਗੋਲ ਚੌਂਕ ਦੇ ਵਿੱਚ ਜਿਹੜਾ ਸਟੈਚੂ ਬਣ ਕੇ ਖੜਦਾ, ਇਹਦੀ ਕੋਈ ਮਜਬੂਰੀ ਹੋ ਸਕਦੀ ਹੈ, ਕੋਈ ਕਈ ਕਾਰਨ ਹੋ ਸਕਦੇ ਇਹਦੀ ਜ਼ਿੰਦਗੀ ਦੇ ਵਿੱਚ। ਫਿਰ ਇਹਨੂੰ ਪੁੱਛਿਆ ਤਾਂ ਇਹ ਕਹਿੰਦਾ ਵੀ ਮੈਂ ਦਿਹਾੜੀ ਜਾਂਦਾ ਅਤੇ ਜਦੋਂ ਦਿਹਾੜੀ ਤੋਂ ਬਾਅਦ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਆਪਣਾ ਟੈਲੈਂਟ ਦਿਖਾਉਂਦਾ ਲੋਕਾਂ ਨੂੰ। ਅਸੀਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਇਹਦੇ ਨਾਲ ਸਿਰਫ ਸੈਲਫੀਆਂ ਲੈ ਕੇ ਨਾ ਤੁਰ ਜਾਇਆ ਕਰੋ, ਇਸ ਦੀ ਜਿੰਨੀ ਵੀ ਮਦਦ ਹੋ ਸਕਦੀ ਹੈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਇਹਦੇ ਟੈਲੈਂਟ ਨੂੰ ਪਛਾਣਿਆ ਜਾਣਾ ਚਾਹੀਦਾ। ਸੁਪਨੇ ਤਾਂ ਹਰੇਕ ਬੰਦੇ ਦੇ ਹੁੰਦੇ ਆ ਜੀ, ਬਸ ਮੈਂ ਥੋੜ੍ਹਾ ਵਧੀਆ ਬਣ ਕੇ ਰਹਾਂ ਹੈ ਨਾ ਜੀ, ਉਹਦੇ ਵਿੱਚ ਉਹਦੇ ਵਾਸਤੇ ਚਾਹੀਦਾ ਆਪਾਂ ਨੂੰ ਜਾਂ ਕਿਸੇ ਫਿਲਮ ਦੇ ਵਿੱਚ ਰੋਲ ਆ ਜਾਵੇ ਜਾਂ ਕਿਸੇ ਗਾਣੇ ਗੁਣੇ ਦੇ ਵਿੱਚ ਆਪਣੀ ਸੈਟਿੰਗ ਹੋ ਜਾਵੇ ਜੀ, ਬਸ ਇੰਨਾ ਹੀ ਬਹੁਤ ਹੈ ਜੀ।